ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਰਾਜੇਵਾਲ ਨੇ ਸੁਣਾਈ ਵੱਡੀ ਖੁਸ਼ ਖਬਰੀ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਤੇ ਜਿਨ੍ਹਾਂ ਨੇ ਆਨਲਾਈਨ ਸ਼ਾਪਿੰਗ ਕਰਨੀ ਹੈ ਲਿੰਕ ਡਿਸਕ੍ਰਿਪਸ਼ਨ ਚ ਜਾ ਕੇ ਤੁਸੀਂ ਆਨਲਾਈਨ ਸ਼ਾਪਿੰਗ ਕਰ ਸਕਦੇ ਹਾਂ ਇਸ ਵੇਲੇ ਦੀ ਵੱਡੀ ਖਬਰ ਕਿਸਾਨਾਂ ਨਾਲ ਜੁੜੀ ਹੋਈ ਸਾਮਣੇ ਆ ਰਹੀ ਹੈ ਮੁਖਮੰਦ ਚੰਜੀ ਸਿੰਘ ਚੰਨਾ ਮੀਟਿੰਗ ਮਗਰੋਂ ਕਿਸਾਨ ਜਿੱਤੇ ਬੰਦੇ ਬੋਲੋ ਕਿਹਾ ਜਾ ਰਿਹਾ ਹੈ ਕਿ ਅਸੀਂ ਅਜੇ ਸੰਤੁਸ਼ਟ ਸਾੜਾ ਅੰਦੋਲਨ ਅਜੇ ਜਾਰੀ ਹੈ ਜਿਹੜੀ ਉਹਨਾਂ ਨੇ ਮੰਗਾ ਮੰਨੀਆਂ ਨੇ ਉਹਨਾਂ ਲਈ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਪਰ ਅਜੇ ਬਹੁਤ ਸਾਰੀਆਂ ਮੰਗਾਂ ਅਜੇ ਹੀਆਂ ਵੀ ਹਨ ਜੋ ਵੀ ਅਜੇ ਤੱਕ ਉੱਥੇ ਖੜੀਆਂ ਨੇ ਜਿਵੇਂ ਕਰਜ਼ੇ ਦੀ ਮਾਫੀ ਕਰਜ਼ੇ ਦੀ ਮੰਗ ਵਿੱਚ ਅਸੀਂ ਬਿਲਕੁਲ ਵੀ ਸਹਿਮਤ ਨਹੀਂ ਹਾਂ ਜਾਣਕਾਰੀ ਅਨੁਸਾਰ ਦੱਸਦੇ ਕਿ ਸਾਂਣ ਦੇ ਉੱਪਰ ਕੁੱਲ ਕਰਜ਼ਾ 2 ਲੱਖ ਕਰੋੜ ਰੁਪਏ ਦੀ ਕ੍ਰੀਵ ਹੈ ਹਰ ਰੋਜ਼ ਵਿਆਸ ਪੈ ਕਰਦਾ ਵਧਦਾ ਜਾ ਰਿਹਾ ਹੈ ਕਿਸਾਨ ਹੋਰ ਕਰਜ਼ਾ ਲੈ ਜਾ ਰਹੇ ਨੇ ਜੋ ਤਾਂ ਖੇਤੀ ਲਾਹੇਵੰਦ ਨਹੀਂ ਹੋਏਗੀ ਕਰਜ਼ੇ ਦੀ ਸਮੱਸਿਆ ਤਾਂ ਇਸੇ ਤਰ੍ਹਾਂ ਹੀ ਰਹੇਗੀ ਮੁਖਵੰਤ ਚੰਦੀ ਸਿੰਘ ਚੰਨੀ ਦਾ ਕਹਿਣਾ ਹੈ ਕਿ ਅਸੀਂ ਕਰਜ਼ੇ ਦੇ ਹਫ਼ਤੇ ਦੇ ਅੰਦਰ-ਅੰਦਰ ਦੁਬਾਰਾ ਮੀਟਿੰਗ ਕਰਾਂਗੇ ਤੇ ਦੁਬਾਰਾ ਮੀਟਿੰਗ ਕਰਕੇ ਅਸੀਂ ਤੁਹਾਨੂੰ ਦੱਸ ਦਾਂਗੇ ਕਿ ਅਸੀਂ ਕੀ ਕਰ ਸਕਦੇ ਹਾਂ ਪਰ ਸਾਨੂੰ ਪਤਾ ਹੈ ਅਸੀਂ ਉਹਨਾਂ ਨੂੰ ਸਵਾਲ ਕੀਤਾ ਹੈ ਕਿ ਤੁਹਾਡੇ ਤੋਂ ਸੋਰਸਿਸ ਹੀ ਨਹੀਂ ਹਨ ਤੁਸੀਂ ਕਿੱਥੋਂ ਕਰੋਗੇ ਇਸ ਤੋਂ ਉਹਨਾਂ ਕੋਲ ਕੋਈ ਜਵਾਬ ਨਹੀਂ ਹੈ ਹਜੇ ਪੈਨਸ਼ਨ ਦੀ ਵੀ ਮੰਗ ਪੈਂਡਿੰਗ ਤੇ ਪਈ ਹੈ ਜਿਹੜੇ 7 ਸਾਲ ਤੋਂ ਉਪਰ ਦੇ ਬਜ਼ੁਰਗਾਂ ਨੂੰ ਉਹਨਾਂ ਨੂੰ ਪੈਨਸ਼ਨ ਮਿਲਣੀ ਚਾਹੀਦੀ ਹੈ ਤਾਂ ਜੋ ਉਹਨਾਂ ਦਾ ਬੁਢਾਪਾ ਸੁਖਾਲਾ ਲੰਘ ਸਕੇ ਜਿਉਂ ਉਹਨਾਂ ਦੇ ਬੱਚੇ ਵਿਦੇਸ਼ਾਂ ਵਿੱਚ ਚਲੇ ਗਏ ਹਨ ਸਾਥਸ ਵਾਲਾ ਕੋਈ ਵੀ ਨਹੀਂ ਹੈ ਬਜ਼ੁਰਗਾਂ ਦੀ ਮਾਨ ਮਰਿਆਦ ਦਾ ਤਾਂ ਰੈਂਦੀ ਹੀ ਨਹੀਂ ਜੇਕਰ ਉਹਨਾਂ ਨੂੰ ਪੈਨਸ਼ਨ ਮਿਲਦੀ ਹੋਏਗੀ ਤਾਂ ਮੁੱਦੇ ਤੇ ਵੀ ਮੁਖਵੰਨ ਚੰਜੀ ਸਿੰਘ ਚੰਨੀ ਵੱਲੋਂ ਕਿਹਾ ਗਿਆ ਕਿ ਅਸੀਂ ਦੁਬਾਰਾ ਮੀਟਿੰਗ ਕਰਾਂਗੇ ਖਬਰ ਉਲਾਸ ਸਦ ਦੇਖਣ ਲਈ ਤੁਹਾਡਾ ਬਹੁਤ ਬਹੁਤ